ਸ਼ਿਵ ਕੇ ਦਰਵੇਸ਼ ਚੈਨਲ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਆਸ ਹੈ ਤੁਸੀਂ ਸਭ ਠੀਕ ਹੋਵੋਗੇ। ਤਾਂ ਸਮਾਂ ਨਾ ਖਰਾਬ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ। ਬਾਬਾ ਮੁਰਾਦ ਸ਼ਾਹ ਜੀ, ਬਾਬਾ ਸ਼ੇਰੇ ਸ਼ਾਹ ਜੀ ਦੇ ਬਹੁਤ ਕਰੀਬ ਆ ਗਏ ਸੀਗੇ। ਉਹਨਾਂ ਦੇ ਚੇਲੇ ਬਣ ਚੁੱਕੇ ਸੀ। ਪਰ ਜਦੋਂ ਐਡੇ ਘਰ ਦੇ ਜੈਲਦਾਰਾਂ ਦੇ ਘਰ ਦਾ ਬੱਚਾ ਫਕੀਰੀ ਦੇ ਵਿੱਚ ਪੈ ਜੇ ਤੇ ਲੋਕ ਬਹੁਤ ਗੱਲਾਂ ਕਰਦੇ ਹੁੰਦੇ ਆ। ਕਿ ਕੀ ਕਮਲੇ ਜੇ ਪਿੱਛੇ ਲੱਗਿਆ, ਇਹਦਾ ਦਿਮਾਗ ਖਰਾਬ ਹੋ ਗਿਆ। ਜਾਏ ਕੋਈ ਟੂਣਾ ਵਗੈਰਾ ਟੱਪ ਗਿਆ ਤਾਂ ਜਿਹੜੀਆਂ ਇਹ ਗੱਲਾਂ ਬਾਬਾ ਮੁਰਾਦ ਸ਼ਾਹ ਜੀ ਦੇ ਪਰਿਵਾਰ ਤੋਂ ਸਹਾਰੀਆਂ ਨਹੀਂ ਸੀ ਜਾਂਦੀਆਂ ਕਿ ਲੋਕ ਕੱਲਾਂ ਕਰਨ ਸਾਡੇ ਬੱਚੇ ਬਾਰੇ ਤੇ ਜਿਹੜੇ ਲਾਡੀ ਸ਼ਾਹ ਜੀ ਦੇ ਪਿਤਾ ਸੀਗੇ ਉਹਨਾਂ ਨੂੰ ਬਾਬਾ ਮੁਰਾਦ ਸ਼ਾਹ ਜੀ ਲਾਲਾ ਜੀ ਕਹਿੰਦੇ ਹੁੰਦੇ ਸੀ ਤਾਂ ਉਹਨਾਂ ਨੇ ਕੀ ਕਰਨਾ ਲਾਲਾ ਜੀ ਨੇ ਕੀ ਕਰਨਾ ਬਾਬਾ ਮੁਰਾਦ ਸ਼ਾਹ ਜੀ ਨੂੰ ਬਾਬਾ ਸ਼ੇਰੇ ਸ਼ਾਹ ਜੀ ਦੀ ਦਰਗਾਹ ਦੇ ਵਿੱਚੋਂ ਚੱਕ ਲਿਆਉਂਦੇ ਹੁੰਦੇ ਸੀ ਉਥੋ-ਉਥੋ ਚੱਕ ਕੇ ਕਹਿੰਦੇ ਘਰੇ ਰੱਖਦੇ ਹੁੰਦੇ ਸੀ ਘਰੇ ਕਹਿੰਦੇ ਹੁੰਦੇ ਸੀ ਵੀ ਅਸੀਂ ਤੈਨੂੰ ਫਕੀਰੀ ਨਹੀਂ ਕਰਨ ਦੇਣੀ ਤਾਂ ਇੱਕ ਦਿਨ ਬਾਬਾ ਮੁਰਾਦ ਸ਼ਾਹ ਜੀ ਘਰੋਂ ਲੜ ਕੇ ਉੱਥੇ ਗਏ ਤਾਂ ਲਾਲਾ ਜੀ ਨੇ ਡੰਡਾ ਚੱਕਿਆ ਤੇ ਉਥੋਂ ਕੁੱਟ ਕੇ ਘਰ ਲਿਆਏ ਕਹਿੰਦੇ ਅਸੀਂ ਤੈਨੂੰ ਸੁਧਾਰ ਕੇ ਹੀ ਸਾਹ ਲੈਣਾ ਜਿੰਨਾ ਚਿਰ ਤੂੰ ਸੁਧਰਦਾ ਨਹੀਂ ਹੁੰਦਾ ਤਰੇ ਇੰਹੀਂ ਘਟਾਪਾ ਹੋਣਾ ਤੇ ਬਾਬਾ ਮੁਰਾਦ ਸ਼ਾਹ ਜੀ ਮੌਚਾ ਇਹਦੇ ਕਹਿੰਦੇ ਲਾਲਾ ਜੀ ਇਹ ਕੁੱਟ-ਕਟਈਏ ਵਾਲਾ ਕੰਮ ਇੱਥੇ ਹੀ ਬੰਦ ਕਰ ਦਿਓ ਫੇਰ ਨਾ ਆਖਿਓ ਇਹ ਖੇਡ ਸਾਡੇ ਨਾਲ ਆਈ ਹੈ ਤੇ ਅਸੀਂ ਇਹਨੂੰ ਨਾਲ ਹੀ ਲੈ ਜਾਣਾ। ਤਾਂ ਲਾਡੀ ਸ਼ਾਹ ਜੀ ਦੇ ਪਿਤਾ ਜੀ ਲਾਲਾ ਜੀ ਕਹਿੰਦੇ ਅੱਜ ਤੈਨੂੰ ਸੁਧਾਰ ਕੇ ਹੀ ਸਾਂ ਲੈਣਾ। ਤਾਂ ਬਾਬਾ ਮੁਰਾਦ ਸ਼ਾਹ ਜੀ ਨੇ ਫਿਰ ਮੂੰਹ ਦੇ ਵਿੱਚੋਂ ਵਜਨ ਕੀਤੇ ਕਹਿੰਦੇ ਜਾ ਤੈਨੂੰ ਉਦੋਂ ਵੇਖਾਂਗੇ ਜਦੋਂ ਤੇਰੇ ਆਪ ਦੇ ਬੱਚੇ ਤੇਰੀ ਅੱਖਾਂ ਸਾਹਮਣੇ ਫਕੀਰੀ ਕਰਨਗੇ। ਉਦੋਂ ਰੋਕੀ ਉਹਨਾਂ ਨੂੰ। ਇੰਨੀ ਗੱਲ ਕਹਿ ਕੇ ਬਾਬਾ ਮੁਰਾਦ ਸ਼ਾਹ ਜੀ ਬਾਬਾ ਸ਼ੇਰੇ ਸ਼ਾਹ ਜੀ ਦੇ ਦਰਗਾਹ ਦੇ ਵਿੱਚ ਫੇਰ ਵਾਪਸ ਚਲੇ ਗਏ। ਤਾਂ ਬਾਬਾ ਮੁਰਾਦ ਸ਼ਾਹ ਜੀ ਨੇ ਜਦੋਂ ਪਰਦਾ ਕੀਤਾ ਤਾਂ ਗੱਡੀ ਤੇ ਬੈਟਰ ਵਾਲਾ ਕੋਈ ਨਹੀਂ ਸੀ ਤੇ लाਡੀ ਸ਼ਾਹ ਸਰਕਾਰ ਜੀ ਉਦੋਂ ਬੱਚੇ ਸੀਗੇ ਤੇ ਆਪਣੀ ਰਿਸ਼ਤੇਦਾਰੀ ਦੇ ਵਿੱਚ ਗਏ ਹੋਏ ਸੀਗੇ ਤਾਂ ਉੱਥੇ ਇੱਕਦਮ लाਡੀ ਸ਼ਾਹ ਸਰਕਾਰ ਜੀ ਦੀ ਆਵਾਜ਼ ਬਦਲ ਗਈ ਉਹਨਾਂ ਦੇ ਰਿਸ਼ਤੇਦਾਰਾਂ ਨੇ ਦੇਖਿਆ ਇਹ ਆਵਾਜ਼ ਬਾਬਾ ਮੁਰਾਦ ਸ਼ਾਹ ਜੀ ਦੀ ਸੀਗੀ ਤਾਂ ਫੋਟ ਬਾਬਾ लाਡੀ ਸ਼ਾਹ ਜੀ ਵਾਪਸ ਆਏ ਨਕੋਦਰ ਦੇ ਵਿੱਚ ਤੇ ਇੱਕਦਮ ਜਦੋਂ ਟ੍ਰੇਨ ਤੋਂ ਉੱਪਰੇ ਉਤਰੇ ਤਾਂ ਬਾਬਾ ਸ਼ੇਰ ਸ਼ਾਹ ਜੀ ਦੀ ਦਰਗਾਹ ਦੇ ਵਿੱਚ ਚਲੇ ਗਏ। ਉੱਥੋਂ ਬੁਖਾਰ ਹੋ ਗਿਆ ਉਹਨਾਂ ਨੂੰ ਬਹੁਤ ਜ਼ਿਆਦਾ ਸਰੀਰ ਜਿਹੜਾ ਪੂਰਾ ਤਾਪ ਰਿਹਾ ਸੀ। ਜਦੋਂ ਇਹ ਗੱਲ ਸਾਰੀ ਉਹਨਾਂ ਦੇ ਘਰਦਿਆਂ ਨੂੰ ਪਤਾ ਲੱਗੀ ਤਾਂ ਉਹ ਘਰ ਦੇ ਉਹਨਾਂ ਦੀ ਜਿਹੜੇ ਲਾਡੀ ਸ਼ਾਹ ਸਰਕਾਰ ਨੂੰ ਆਪਣੇ ਘਰ ਲਿਆਏ। ਜਦੋਂ ਘਰ ਲਿਆ ਕੇ ਲਿਆਂਦਾ ਤਾਂ ਹੋਰ ਤੇਜ਼ ਬੁਖਾਰ ਹੋ ਗਿਆ। ਬੁਖਾਰ ਨੇ ਹੋਰ ਤੇਜ਼ ਹੋਣਾ ਸ਼ੁਰੂ ਹੋ ਗਿਆ। ਤਾਂ ਫਿਰ ਲਾਡੀ ਸ਼ਾਹ ਸਰਕਾਰ ਜੀ ਦੇ ਪਿਤਾ ਜੀ ਲਾਲਾ ਜੀ ਨੂੰ ਗੱਲ ਯਾਦ ਆਈ। ਕਹਿੰਦੇ ਫਿਰ ਤੈਨੂੰ ਉਦੋਂ ਵੇਖਾਂਗੇ ਜਦੋਂ ਤੇਰੇ ਆਪ ਦੇ ਬੱਚੇ ਫਕੀਰੀ ਕਰਨਗੇ ਤਾਂ ਲਾਲਾ ਜੀ ਫਿਰ ਹੱਥ ਜੋੜ ਕੇ ਬਾਬਾ ਮੁਰਾਦ ਸ਼ਾਹ ਜੀ ਦੀ ਫੋਟੋ ਅੱਗੇ ਖੜੇ ਹੋਗੇ ਕਹਿੰਦੇ ਬਾਬਾ ਜੀ ਜੇ ਤਾਂ ਇਹ ਤੁਹਾਡੀ ਖੇਡ ਆ ਤਾਂ ਬੱਚੇ ਨੂੰ ਤਾਂਗਣਾ ਨਾ ਕਰੋ ਨਾਲ ਲੈ ਜਾਓ ਜੋ ਮਰਜ਼ੀ ਕਰ ਲੋ ਤਾਂ ਬਾਬਾ ਮੁਰਾਦ ਸ਼ਾਹ ਜੀ ਫੋਟੋ ਹਿੱਲਣ ਲੱਗੀ ਕਹਿੰਦੇ ਤੈਨੂੰ ਕੀ ਕਿਹਾ ਸੀ ਇਹ ਖੇਡ ਸਾਡੇ ਨਾਲ ਹੀ ਆਈ ਹੈ ਇਹਨੂੰ ਨਾਲ ਹੀ ਲੈ ਜਾਾਂਗੇ ਪਰ ਉਦੋਂ ਤੂੰ ਵਚਨ ਕਰਾ ਲੈ ਹੁਣ ਤੇਰੇ ਬੱਚੇ ਤੇਰੀ ਅੱਖਾਂ ਸਾਹਮਣੇ ਫਕੀਰ ਬਣਨਗੇ ਤਾ ਫਿਰ लाडी शाह ਸਰਕਾਰ ਜੀ ਬਾਪੂ ਬ੍ਰਹਮ ਜੋਗੀ ਮਹਾਰਾਜ ਜੀ ਕੋਲ ਗਏ ਉਥੋਂ ਗੁਣ ਧਾਰ ਕੀਤੇ ਉਹਨਾਂ ਤੋਂ ਗੁਣ ਵਿਦਿਆ ਲਈ ਤੇ ਫਿਰ ਬਾਬਾ ਮੁਰਾਦ ਸ਼ਾਹ ਜੀ ਵਾਂਗੂ ਬਣ ਕੇ ਫਕੀਰੀ ਕਰਨੀ ਸ਼ੁਰੂ ਕਰਤੀ ਏ ਸੀ ਬਾਬਾ ਮੁਰਾਦ ਸ਼ਾਹ ਜੀ ਦੇ ਬੋਲ लाडी शाह ਸਰਕਾਰ ਜੀ ਦੀ ਧੁਰੋਂ ਫਕੀਰੀ ਆਈ ਸੀ ਸੱਚੀ ਫਕੀਰੀ ਆਈ ਸੀ ਜੇ ਵੀਡੀਓ ਵਿੱਚ ਕੋਈ ਵੀ ਜਾਣਕਾਰੀ ਚੰਗੀ ਲੱਗੀ ਤਾਂ ਮੇਰਾ YouTube ਚੈਨਲ ਸ਼ੇਵਕਾ ਦਰਵੇਸ਼ ਜਰੂਰ ਸਬਸਕ੍ਰਾਈਬ ਕਰਿਓ ਤੇ ਨਾਲ ਹੀ ਬੈਲ ਆਈਕਨ ਜਰੂਰ ਦਬਾਇਓ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਨੂੰ ਮਿਲ ਸਕਣ ਜੀ ਤੇ ਕਮੈਂਟਾਂ ਵਿੱਚ ਜੈ ਸਾਈ ਗੁਲਾਮ ਸ਼ਾਹ ਜੀ ਜਰੂਰ ਲਿਖਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਜਿੱਥੇ ਵੀ ਸਾਈ ਜੀ ਦੇ ਆਸ਼ਕ ਬੈਠੇ ਆ ਉਹ ਸਾਈ ਜੀ ਦੀ ਜੀਵਨ ਕਥਾ ਬਾਰੇ ਜਾਣ ਸਕਣ ਧੰਨਵਾਦ ਜੀ